ਤਾਂ ਲੋਕਾਂ ਤੱਕ ਪਹੁੰਚਣ ਅਸੀਂ ਬਿਜਲੀ ਆਮ ਆਦਮੀ ਕਲੀਨਿਕ ਤੇ ਨਹਿਰੀ ਪਾਣੀ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਕਿ ਕਿਸ ਤਰ੍ਹਾਂ ਇਹਨੂੰ ਲਾਗੂ ਕੀਤਾ ਜਾ ਸਕਦਾ ਹੈ ਤੋਂ ਇੰਨੇ ਵਧੀਆ ਸੁਝਾਅ ਆਏ ਤੇ ਉਹਨਾਂ ਸੁਝਾਵਾਂ ਮੁਤਾਬਕ ਜਦੋਂ ਅਸੀਂ ਲਾਗੂ ਕੀਤੀ ਉਹ ਸਹੂਲਤ ਤਾਂ ਅੱਜ ਨਤੀਜੇ ਤੁਹਾਡੇ ਸਾਹਮਣੇ ਨੇ ਕਿ ਬਿਜਲੀ ਦੇ ਬਿੱਲ ਵੀ ਜ਼ੀਰੋ ਆ ਰਹੇ ਨੇ ਇਹ ਆਮ ਆਦਮੀ ਕਲੀਨਿਕ ਦੇ ਵਿੱਚ 35 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਦਵਾਈਆਂ ਲੈ ਕੇ ਠੀਕ ਹੋ ਚੁੱਕੇ ਨੇ ਤੇ 35 35 40 40 ਸਾਲ ਬਾਅਦ ਨਹਿਰਾਂ ਦਾ ਕੱਸੀਆਂ ਦਾ ਸੂਏ ਦਾ ਪਾਣੀ ਜਿਹੜਾ ਹੈ ਉਹ ਲੋਕਾਂ ਦੇ ਖੇਤਾਂ 'ਚ ਪਹੁੰਚਿਆ ਪੰਜਾਬ ਸਰਕਾਰ ਪੰਜਾਬ ਨੂੰ ਰੰਗਲਾ ਬਣਾਉਣ ਲਈ ਇੱਕ ਹੋਰ ਨਵੀਂ ਪਹਿਲ ਕਰਨ ਜਾ ਰਹੀ ਹੈ ਅਸੀਂ ਉਦਯੋਗਪਤੀਆਂ ਨੂੰ ਇੰਡਸਟਰੀਲਿਸਟ ਨੂੰ ਉਹਨਾਂ ਨੂੰ ਵੀ ਅਸੀਂ ਇੱਥੇ ਲੈ ਕੇ ਆਉਣਾ ਜਿਹੜੇ ਇੱਥੇ ਹੈਗੇ ਨੇ ਉਹਨਾਂ ਨੂੰ ਫੈਕਟਰੀਆਂ ਚਲਾਉਣ ਲਈ ਚੰਗਾ ਮਾਹੌਲ ਦੇਣਾ ਹੈ ਅਸੀਂ ਉਹਨਾਂ ਦੇ ਸੁਝਾਅ ਵੀ ਮੰਗਦੇ ਆ ਤਾਂ ਕਿ ਪੰਜਾਬ ਦੇ ਵਿੱਚ ਬਿਜ਼ਨਸ ਫ੍ਰੈਂਡਲੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਕਾਇਮ ਕਰ ਸਕੀਏ ਉਹਨਾਂ ਨੂੰ ਚੰਗਾ ਮਾਹੌਲ ਮਿਲੇ ਕੰਮ ਕਰਨ ਦਾ ਕਿਉਂਕਿ ਜਦੋਂ ਵਪਾਰ ਵਧੂਗਾ ਫੁੱਲੂਗਾ ਤਾਂ ਰੈਵਨਿਊ ਵੀ ਆਊਗਾ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ ਤੇ ਇਸ ਕੰਮ ਲਈ ਅਸੀਂ ਅੱਜ ਇੱਕ ਵਟਸਐਪ ਨੰਬਰ ਤੇ ਇੱਕ ਈਮੇਲ ਆਈਡੀ ਜਾਰੀ ਕਰ ਰਹੇ ਹਾਂ ਤਾਂ ਕਿ ਜਿਹੜੇ ਵਪਾਰੀ ਨੇ ਉਹ ਸਿੱਧੇ ਸਾਨੂੰ ਸੁਝਾਅ ਦੇਣ ਤੇ ਅਸੀਂ ਉਹਨਾਂ ਸੁਝਾਵਾਂ ਮੁਤਾਬਕ ਆਪਣੀਆਂ ਜਿਹੜੀਆਂ ਪਾਲਿਸੀਜ਼ ਬਣਾਵਾਂਗੇ ਵਟਸਐਪ ਦਾ ਨੰਬਰ ਹੈ 81948 91948 81948 91 948 ਇਹ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੈ ਨਾਲ ਈਮੇਲ ਆਈਡੀ ਵੀ ਚੱਲ ਰਹੀ ਹੈ ਤੁਸੀਂ ਇਸ ਫੋਨ ਨੰਬਰ ਤੇ ਸਾਨੂੰ ਸੁਝਾਅ ਭੇਜੋ ਕਿ ਇੰਡਸਟਰੀ ਨੂੰ ਕਿਵੇਂ ਹੋਰ ਪ੍ਰਮੋਟ ਕੀਤਾ ਜਾ ਸਕਦਾ ਹੈ ਵਧੀਆ ਮਾਹੌਲ ਬਿਜ਼ਨਸ ਦਾ ਕਿਵੇਂ ਕ੍ਰੀਏਟ ਕੀਤਾ ਜਾ ਸਕਦਾ ਹੈ ਅਸੀਂ ਉਸੇ ਹਿਸਾਬ ਨਾਲ ਆਪਣੀਆਂ ਪਾਲਿਸੀਜ਼ ਬਣਾਵਾਂਗੇ ਤੇ ਜਿਆਦਾ ਤੋਂ ਜਿਆਦਾ ਵਪਾਰ ਇੱਥੇ ਆਊਗਾ ਇੰਡਸਟਰੀ ਇੱਥੇ ਆਊਗੀ ਲੱਖਾਂ ਦੀ ਗਿਣਤੀ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੰਮ ਵੀ ਮਿਲੂਗਾ ਰੈਵਨਿਊ ਵੀ ਆਊਗਾ ਸਰਕਾਰ ਨੂੰ ਤੇ ਨਾਲ ਨਾਲ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣਨ ਦੀ ਰਾਹ ਦੇ ਉੱਤੇ ਮੋਰੀ ਹੋ ਕੇ ਚੱਲੂਗਾ ਇਨਕਲਾਬ ਜਿੰਦਾਬਾਦ